ਬੜੀ ਲੰਮੀ ਗੱਥਾ ਐ ਸਿੱਖੀ ਵਿੱਚ ਸ਼ਹੀਦਿਆਂ ਦੀ ਇੱਕ ਤੋਂ ਇੱਕ ਲਾਸਾਨੀ ਸ਼ਹੀਦੀ ਤੁਹਾਨੂੰ ਮਿਲਦੀ ਹੈ ਪਰ ਆਹ ਜਿਹੜੇ ਦਿਨ ਆ ਜਿਹੜਾ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਸਭੰਸਤਾਨੀ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਦੇਸ਼ ਕੌਮ ਲਈ ਉਹਨਾਂ ਦੀ ਉਸ ਕੁਰਬਾਨੀ ਨੂੰ ਅਸੀਂ ਕਿੰਨਾ ਚਿਰ ਤੇ ਰੱਖਿਆ ਹੈ ਇਹਨਾਂ ਦਿਨਾਂ ਦੌਰਾਨ ਖਾਸ ਕਰਕੇ ਇਹਨਾਂ ਦਿਨਾਂ ਦੀ ਹੀ ਗੱਲ ਕਰੀਏ ਇਹ ਦਿਨ ਸਾਨੂੰ ਝੰਡੋੜਨੇ ਚਾਹੀਦੇ ਆ ਕਿ ਕਿੱਡਾ ਵੱਡਾ ਸਾਕਾ ਵਾਪਰਿਆ ਇਹਨਾਂ ਦਿਨਾਂ ਦੌਰਾਨ ਕੀ ਦੀ ਮਹਾਨ ਕੁਰਬਾਨੀ ਹੋਈ ਹੈ ਜਿਨੇ ਇਸ ਦੇਸ਼ ਨੂੰ ਤੇ ਕੌਮ ਨੂੰ ਕਿੰਨਾ ਕੁਝ ਦਿੱਤਾ ਹੁਣ ਦੁੱਖ ਦੀ ਗੱਲ ਕੀ ਹੈ ਆਹ ਜਿਹੜੇ ਦਿਨ ਆ ਦਸੰਬਰ ਦੇ ਆਹ ਦਿਨ ਪੂ ਮਹੀਨੇ ਦੇ ਦਿਨ ਜਿਹੜੇ ਆ ਸਾਡੇ ਲੋਕਾਂ ਨੇ ਇਹਨਾਂ ਨੂੰ ਵਿਆਹ ਸ਼ਾਦੀਆਂ ਦੇ ਦਿਨ ਬਣਾਇਆ ਕੀ ਤਾਂ ਜੀ ਵਿਡਿੰਗ ਸੀਜ਼ਨ ਹੈ ਸੀਜ਼ਨ ਆਫ ਮੈਰਿਜਸ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਇਹ ਕਿਹਨੇ ਕਿਹਾ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੂਮ ਤੜਕੇ ਢੋਲਟ ਮੱਕੇ ਡੀ ਜੇ ਵੱਜਦੇ ਆ ਲੋਕੀ ਊਠ ਪਟਾੰਗ ਲੱਚਰ ਗਾਣੇ ਲਾ ਕੇ ਨੱਚ ਰਹੇ ਆ ਪੂਰੇ ਪੰਜਾਬ ਚ ਇਸ ਵੇਲੇ ਇਹ ਕਿਨੇ ਕਿਨੇ ਕਿਹਾ ਕਿ ਇਹ ਦਿਨ ਵਿਆਹ ਸ਼ਾਦੀਆਂ ਦੇ ਦਿਨ ਆ ਜਿਹਨਾਂ ਦਿਨਾਂ ਚ ਵਿਆਹ ਸ਼ਾਦੀਆਂ ਹੁੰਦੀਆਂ ਆ ਜਾਂ ਹੀ ਵਿਆਹ ਸ਼ਾਦੀਆਂ ਦਾ ਆਹੀ ਇੱਕ ਮਹੂਰਤ ਹੁੰਦਾ ਇਹਨਾਂ ਦਿਨਾਂ 'ਚ ਇਹ ਸੋਚ ਕਿਹਨੇ ਪੈਦਾ ਕੀਤੀ ਹੈ ਇਹ ਸਾਨੂੰ ਇੱਕ ਵਾਰੀ ਝਾਤੀ ਮਾਰਨੀ ਪੈਣੀ ਆਪਣੇ ਅੰਦਰ ਕਿ ਜਿਨ੍ਹਾਂ ਦਿਨਾਂ ਵਿੱਚ ਦਸਵੇਂ ਪਾਸ਼ਾ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਸੀਂ ਉਹਨਾਂ ਦਿਨਾਂ 'ਚ ਖੁਸ਼ੀਆਂ ਮਨਾ ਰਹੇ ਆ ਅਸੀਂ ਇਹ ਨਹੀਂ ਕਹਿ ਰਹੇ ਇਸ ਪ੍ਰੋਗਰਾਮ ਕਿ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਪਰ ਕੀ ਆਹ ਹੀ ਦਿਨ ਲੱਭੇ ਖੁਸ਼ੀਆਂ ਮਨਾਉਣ ਲਈ ਸਾਨੂੰ ਵਿਆਹ ਨਵੰਬਰ ਚ ਕਿਉਂ ਨਹੀਂ ਹੋ ਸਕਦਾ ਅਕਤੂਬਰ ਚ ਕਿਉਂ ਨਹੀਂ ਹੋ ਸਕਦਾ ਜਨਵਰੀ ਫਰਵਰੀ ਸਿ ਵੀ ਕਿਹਾ ਹੁੰਦੇ ਆ ਪਰ ਇਹਨਾਂ ਦਿਨਾਂ ਚ ਰੱਖਣੇ ਕਿਉਂ ਜ਼ਰੂਰੀ ਆ ਗੱਲ ਸਿਰਫ ਵਿਆਹ ਸ਼ਾਦੀ ਦੀ ਨਹੀਂ ਵਿਆਹ ਸ਼ਾਦੀ ਦੇ ਨਾਲ ਕੀ ਕੁਝ ਹੁੰਦਾ ਜੋ ਅਸੀਂ ਵਾਧੂ ਚੀਜ਼ਾਂ ਜੋੜ ਲਈਆਂ ਆਪਣੇ ਆਪ ਹੀ ਅੱਧੀ ਅੱਧੀ ਰਾਤ ਤੱਕ ਡੀਜੇ ਲਾ ਕੇ ਨੱਚਣਾ ਉੱਚੀ ਉੱਚੀ ਚਾਂਗਰਾ ਮਾਰਨੀਆਂ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਮਠਾਈਆਂ ਵੰਡਣੀਆਂ ਇਹਨਾਂ ਦਿਨਾਂ ਦੌਰਾਨ ਹੁਣ ਇਹ ਬਹੁਤ سارے ਲੋਕੀ ਕਹਿਣਗੇ ਕਿ ਦਿਨ ਦਾ ਕੋਈ ਫਰਕ ਨਹੀਂ ਕਰਨਾ ਚਾਹੀਦਾ ਗੱਲ ਦਿਨ ਦਾ ਫਰਕ ਕਰਨ ਦੀ ਜਾਂ ਨਾ ਕਰਨ ਦੀ ਨਹੀਂ ਕਿਸੇ ਦਿਨ ਨੂੰ ਵੱਡਾ ਛੋਟਾ ਕਰਨ ਦੀ ਵੀ ਨਹੀਂ ਗੱਲ ਇਹ ਹੈ ਕਿ ਇਹਨਾਂ ਦਿਨਾਂ ਦੀ ਯਾਦ ਕਿਹੜੀ ਹੈ ਇਤਿਹਾਸਿਕ ਮਹੱਤਤਾ ਕਿਹੜੀ ਹੈ ਕੋਈ ਹੋਰ ਦਿਨ ਤਿਉਹਾਰ ਕੋਈ ਐਨੀਵਰਸਰੀ ਆ ਉਸ ਦਿਨ ਦੇ ਨਾਲ ਜੁੜਦੀ ਉਸ ਮਹੀਨੇ ਦੇ ਨਾਲ ਜੁੜਦੀ ਆ ਕਿ ਜਿੱਥੇ ਆਮ ਲੋਕਾਂ ਦੇ ਦਿਨ ਜਿਹੜੇ ਨੇ ਉਹਨਾਂ ਦੀਆਂ ਨਾਲ ਸੰਬੰਧਿਤ ਜਿਹੜੀਆਂ ਯਾਦਾਂ ਨੇ ਜਿਉਂ ਉਹਨਾਂ ਨੂੰ ਚੇਤੇ ਰੱਖਿਆ ਜਾ ਸਕਦਾ ਤਾਂ ਦਸਵੇਂ ਪਾਤਸ਼ਾਹ ਦੀ ਇਹ ਜੋ ਮਹਾਨ ਕੁਰਬਾਨੀ ਹੈ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਹੈ ਉਹਨੂੰ ਚੇਤੇ ਕਿਉਂ ਨਹੀਂ ਰੱਖ ਸਕਦੇ ਸੀ ਉਹਦਾ ਆਦਰ ਸਤਕਾਰ ਮਾਨ ਸਤਕਾਰ ਕਿਉਂ ਨਹੀਂ ਕਰ ਸਕਦੇ ਧੀਆਂ ਪੁੱਤਾਂ ਦੇ ਵਿਆਹ ਸਮਾਗਮ ਰੱਖਣ ਲਈ ਸਾਨੂੰ ਆਹੇ ਦਿਨ ਲੱਭੇ ਆ ਇਹ ਨਾ ਭੁਲਿਏ ਕਿ ਜਿਨ੍ਹਾਂ ਧੀਆਂ ਪੁੱਤਾਂ ਦੇ ਵਿਆਹ ਕਰ ਰਹੇ ਆ ਜਿਨ੍ਹਾਂ ਦੇ ਚਾਹ ਵਿੱਚ ਅਸੀਂ ਨੱਚ ਰਹੇ ਆ ਖੁਸ਼ੀਆਂ ਮਨਾ ਰਹੇ ਆ ਇਹ ਮਨਉਣ ਜੋਗੇ ਕੀਤਾ ਕਹਿੰਦੇ ਆ ਦਸਵੇਂ ਪਾਤਸ਼ਾਹ ਨੇ ਉਹਨਾਂ ਦੀ ਕੁਰਬਾਨੀ ਨੇ ਸਾਨੂੰ ਇਸ ਜੋਗੇ ਕੀਤਾ ਆ ਸਰਦਾਰੀਆਂ ਦੇ ਕਾਬਲ ਬਣਾਇਆ ਹਾਲਾਂਕਿ ਕਾਬਲ ਅਸੀਂ ਬਣ ਨਹੀਂ ਸਕੇ ਪਰ ਉਹਨਾਂ ਨੇ ਆਪਣੇ ਵੱਲੋਂ ਤਾਂ ਸਾਨੂੰ ਏਡੀ ਵੱਡਾ ਮਾਣ ਬਖਸ਼ ਦਿੱਤਾ ਸੀ ਤੇ ਸਾਰਾ ਪਰਿਵਾਰ ਵਾਰ ਕੇ ਬਖਸ਼ਿਆ ਤੇ ਅਸੀਂ ਕਿੰਨਾ ਕੁ ਮੁੱਲ ਪਾ ਰਹੇ ਹਾਂ ਇਹਨਾਂ ਦਿਨਾਂ ਵਿੱਚ ਇਹ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਕੀ ਅਸੀਂ 10-15 ਦਿਨ ਠਹਿਰ ਨਹੀਂ ਸਕਦੇ ਕਿ ਕੀ ਅਸੀਂ ਆ ਸ਼ਹਾਦਤਾਂ ਦੀ ਰੁੱਤ ਦੇ ਵਿੱਚ ਹੀ ਵਿਆਹ ਸਮਾਗਮ ਰੱਖਣੇ ਹੁੰਦੇ ਆ ਕੀ ਇਹਨਾਂ ਦਿਨਾਂ ਦੌਰਾਨ ਹੀ ਅੱਧੀ ਅੱਧੀ ਰਾਤ ਤੱਕ ਨੱਚਣਾ ਟੱਪਣਾ ਟਪੂਸੀਆਂ ਮਾਰਨੀਆਂ ਹੁੰਦੀਆਂ ਨੇ ਇਹ ਸਭ ਕੁਝ ਸੋਭਦਾ ਨਹੀਂ ਜੋ ਦਸ਼ਮ ਪਾਤਸ਼ਾਹ ਨੇ ਕੀਤਾ ਸਾਡੀ ਖਾਤ ਜੋ ਇਤਿਹਾਸ ਸਿਰਜਾ ਜੋ ਕੁਰਬਾਨੀ ਕੀਤੀ ਉਹਦਾ ਮੁੱਲ ਤਾਂ ਅਸੀਂ ਹਜ਼ਾਰ ਜਨਮ ਲੈ ਕੇ ਵੀ ਨਹੀਂ ਤਾਰ ਸਕਦੇ ਉਹਦਾ ਸਿਰਫ ਅਸੀਂ ਸ਼ੁਕਰਾਨਾ ਹੀ ਕਰ ਸਕਦੇ ਹਾਂ ਤੇ ਜੇ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇੰਨਾ ਤਾਂ ਕਰ ਲਈਏ ਕਿ ਇਹਨਾਂ ਦਿਨਾਂ ਦਾ ਮਾਣ ਰੱਖ ਲਈਏ ਸੀਸ ਝੁਕਾ ਲਈਏ ਕੁਝ 10 15 ਦਿਨ ਸਾਦਗੀ ਨਾਲ ਜੀਵਨ ਬਤੀਤ ਕਰ ਲਵਾਂਗੇ ਤਾਂ ਕਿਸੇ ਦਾ ਕੁਝ ਘੱਟ ਨਹੀਂ ਜਾਣਾ ਵਿਆਹ ਸ਼ਾਦੀ ਦੇ ਸਮਾਗਮ 'ਚ 15 ਦਿਨ ਠਹਿਰ ਕੇ ਰੱਖ ਲਵਾਂਗੇ ਜਨਵਰੀ 'ਚ ਤਾਂ ਖੁਸ਼ੀ ਘੱਟ ਨਹੀਂ ਜਾਣੀ ਬਹੁਤ ਸਾਰੇ ਰੁਚੀਵੇਂ ਹੁੰਦੇ ਨੇ ਲੋਕਾਂ ਦੇ ਬਹੁਤ ਸਾਰੇ ਸਮੇਂ ਦੀ ਤੰਗੀ ਹੁੰਦੀ ਹੈ ਪਰ ਕੀ ਇੰਨਾ ਵੀ ਨਹੀਂ ਕਰ ਸਕਦੇ ਸੀ 10 15 ਦਿਨ ਜਿਸ ਵਿਆਹ ਸ਼ਾਦੀ ਦੇ ਸਮਾਗਮ ਲਈ 20 25 25 ਸਾਲ ਬੱਚੇ ਦੀ ਉਡੀਕ ਕਰਦੇ ਆਪਾਂ ਉਹਦੇ ਵੱਡੇ ਹੋਣ ਦੀ ਉਡੀਕ ਕਰਦੇ ਤੇ 15 ਦਿਨ ਹੋਰ ਨਹੀਂ ਉਡੀਕ ਸਕਦੇ ਸੀ ਇਹ ਸਵਾਲ ਇਹਨਾਂ ਦਿਨਾਂ ਦੌਰਾਨ ਜ਼ਰੂਰ ਸਭ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਮੁੱਖ ਨਾ ਮੋੜੀਏ ਇਤਿਹਾਸ ਤੋਂ ਉਹ ਇਤਿਹਾਸ ਜਿਹੜਾ ਸਾਡੇ ਨਾਲ ਜੁੜਦਾ ਹੈ ਜਿਸ ਨੇ ਸਾਨੂੰ ਅੱਜ ਇਸ ਕਾਬਲ ਬਣਾਇਆ ਕਿ ਅਸੀਂ ਕੁਝ ਦੁਨੀਆਂ ਖੜਨ ਜੋਗੇ ਹੋਏ ਆ ਕੁਝ ਖੁਸ਼ੀਆਂ ਦੇ ਪਲ ਵੇਖਣ ਜੋਗੇ ਹੋਏ ਆ ਜਿਨ੍ਹਾਂ ਨੇ ਇਸ ਜੋਗੇ ਕੀਤਾ ਆ ਉਹਨਾਂ ਦਾ ਮਾਣ ਜ਼ਰੂਰ ਰੱਖੀਏ ਉਹਨਾਂ ਦਾ ਸਤਿਕਾਰ ਜ਼ਰੂਰ ਕਰੀਏ ਉਹਨੂੰ ਭੁੱਲੀਏ ਨਾ ਇਹ ਚੀਜ਼ ਜਿਹੜੀ ਆ ਇਹ ਜ਼ਰੂਰ ਆ ਜਿਹੜੀ ਐ ਸਿਰ ਵੱਡੀ ਪੀੜੀ ਆ ਜੋ ਮਾਂ-ਬਾਪ ਜਾਂ ਸਿਆਣੇ ਲੋਕ ਨੇ ਉਹ ਵੀ ਜ਼ਰੂਰ ਸਮਝਣ ਤੇ ਆਉਣ ਵਾਲੀ ਪੀੜੀ ਨੂੰ ਵੀ ਸਮਝਾਉਣ ਕਿ ਇਹਨਾਂ ਦਿਨਾਂ ਦੀ ਕੀ ਅਹਿਮੀਅਤ ਹੈ ਇਨਾ ਦਿਨਾਂ ਦੀ ਜਿਹੜੀ ਸ਼ਹਾਦਤ ਆ ਉਹਦਾ ਜਿਹੜਾ ਗਾਮ ਹੈ ਉਹਦੀ ਪੀੜ ਜਿਹੜੀ ਨੂੰ ਮਹਿਸੂਸ ਕੀਤਾ ਜਾਂਦਾ ਸੀ ਪਰ ਸਮੇਂ ਦੇ ਨਾਲ ਨਾਲ ਪਤਾ ਨਹੀਂ ਕਿਦਾਂ ਦਾ ਸਾਡਾ ਕਲਚਰ ਬਣਿਆ ਕਿ ਆਹ ਸੀਜ਼ਨ ਆਪਣੇ ਆਪ ਹੀ ਵਿਆਹ ਸ਼ਾਦੀਆਂ ਦਾ ਤੇ ਹੋਰ ਤਰ੍ਹਾਂ ਦੀ ਲਚਕੜਤਾ ਦਾ ਸੀਜ਼ਨ ਬਣਾਤਾ ਲੋਕਾਂ ਨੇ ਕਿੱਦਾਂ ਬਣਿਆ ਇਹ ਜ਼ਰੂਰ ਹਰ ਇੱਕ ਨੂੰ ਆਪਣੇ ਅੰਦਰ છાਤੀ ਮਾਰ ਕੇ ਸੋਚਣਾ ਚਾਹੀਦਾ ਤੇ ਇਸ ਚੀਜ਼ ਨੂੰ ਜਿੰਨਾ ਛੇਤੀ ਸਮਝ ਲਿਆ ਜਾਵੇ ਤੇ ਸੁਧਾਰ ਲਿਆ ਜਾਵੇ ਉਨਾ ਚੰਗਾ ਹੋਊਗਾ ਸਾਡੇ ਲਈ ਵੀ ਸਾਡੀ ਆਉਣ ਵਾਲੀ ਪੀੜੀ ਲਈ ਵੀ ਪੰਜਾਬ ਲਈ ਪੰਜਾਬੀ ਤਲੀ ਵੀ ਤੇ ਦੁਨੀਆ ਭਰ ਵਿੱਚ ਵਸਤੀ ਸਿੱਖੀ ਲਈ ਵੀ ਆਪਾਂ ਇੰਨਾ ਘਟੋ-ਘਟ ਕਰ ਸਕਦੇ ਆ ਜਿੰਨਾ ਆਪਣੇ ਵੱਲੋਂ ਹੋ ਸਕੇ ਇਹਨਾਂ ਦਿਨਾਂ ਦੀ ਅਹਿਮੀਅਤ ਨੂੰ ਸਮਝੀਏ ਤੇ ਸਮਝਾਈਏ ਖਾਸ ਕਰ ਬੱਚਿਆਂ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਅਮੀਰ ਇਤਿਹਾਸ ਆ ਕਿੰਨੀ ਅਮੀਰ ਤੇ ਵੱਡੀ ਕੁਰਬਾਨੀਆਂ ਲਾਸਾਨੀ ਕੁਰਬਾਨੀਆਂ ਨੇ ਦਿਨਾਂ ਦੀ ਆਪਾਂ ਬਹੁਤ ਕਹਿੰਦੇ ਨਾ ਕਿ ਛੋਟੇ ਬੱਚਿਆਂ ਨੂੰ ਨਹੀਂ ਪਤਾ ਇਤਿਹਾਸ ਚਾਰ ਸਾਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ ਕਿਉਂ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਉਹਨਾਂ ਦੱਸਿਆ ਜਾਂਦਾ ਕਿ ਆ ਤਾਂ ਵਿਆਹ ਸ਼ਾਦੀ ਦਾ ਸੀਜ਼ਨ ਹੈ। 크리스마ਸ ਦਾ ਆਪਾਂ ਬਹੁਤ ਰੌਲਾ ਪਾਉਂਦੇ ਨਾ ਕਿ ਬੱਚਿਆਂ ਨੂੰ 크리스마ਸ ਦਾ ਪਤਾ ਆ ਪਰ ਆਪਣੇ ਦਿਨਾਂ ਦੇ ਇਹਨਾਂ ਦਿਨਾਂ ਦੇ ਇਤਿਹਾਸ ਤਾਂ ਨਹੀਂ ਪਤਾ। ਬੱਚਿਆਂ ਨੂੰ 크리스마ਸ ਦਾ ਕਿਉਂ ਪਤਾ ਆ ਕਿਉਂਕਿ ਉਹ ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਆ ਜਾਣਦੇ ਆ ਚਰਚਾ ਹੁੰਦੀ ਆਲੇ ਦੁਆਲੇ ਜਦ ਅਸੀਂ ਚਰਚਾ ਹੀ ਨਹੀਂ ਕਰਨੀ ਤਾਂ ਬੱਚਿਆਂ ਨੂੰ ਕਿਵੇਂ ਪਤਾ ਲੱਗਣਾ ਸੋ ਬੱਚਿਆਂ ਨੂੰ ਦੱਸਿਓ ਕਿ ਆਹ ਦੇ ਨਾ ਵਿਆਹ ਸ਼ਾਦੀਆਂ ਦਾ ਸੀਜ਼ਨ ਨਹੀਂ ਹੁੰਦਾ ਇਹ ਨਿਊ ਇਅਰ ਦੀਵ ਜਾਂ ਹੋਰ ਕਿਸੇ ਕਿਸਮ ਦੇ ਦਿਨ ਤਿਉਹਾਰਾਂ ਦਾ ਹੌਲੀਡੇਜ਼ ਫੈਸਟਿਵ ਸੀਜ਼ਨ ਨਹੀਂ ਇਹ ਸਾਡੇ ਇਤਿਹਾਸ ਮੁਤਾਬਕ ਕਾਹਦਾ ਸੀਜ਼ਨ ਹੈ ਸ਼ਹਾਦਤਾਂ ਦਾ ਸਾਰਾ ਸਾਲ ਸ਼ਹਾਦਤਾਂ ਹੁੰਦੀਆਂ ਸਾਰਾ ਸਾਲ ਸ਼ਹਾਦਤਾਂ ਨਾਲ ਭਰਿਆ ਪਿਆ ਸਾਡਾ ਇਤਿਹਾਸ ਪਰ ਇਹਨਾਂ ਦਿਨਾਂ ਦੀ ਵਿਸ਼ੇਸ਼ ਅਹਿਮੀਅਤ ਹੈ ਇਤਿਹਾਸ ਪੱਖੋਂ ਸ਼ਹਾਦਤਾਂ ਪੱਖੋਂ ਤੇ ਸਾਡਾ ਵਤੀਰਾ ਜਿਹੜਾ ਸਾਡਾ ਬਿਹੇਵੀਅਰ ਜਿਹੜਾ ਇਹਨਾਂ ਦਿਨਾਂ ਦੌਰਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹ ਚੀਜ਼ ਵੀ ਸਾਨੂੰ ਆਪਣੇ ਆ ਬੱਚਿਆਂ ਨੂੰ ਨੌਜਵਾਨ ਪੀੜੀ ਨੂੰ ਸਾਥੀਆਂ ਨੂੰ ਸਭ ਨੂੰ ਖੁਦ ਸਮਝਾਉਣੀ ਚਾਹੀਦੀ ਹੈ ਤਾਂ ਕਿ ਉਹ ਇਸ ਚੀਜ਼ ਤੋਂ ਜਾਣੂ ਹੋ ਸਕਣ ਇੱਕ ਜਣਾ ਜਾਣੂ ਹੋਊਗਾ ਉਹ ਗਾਂ ਪੰਜਾਂ ਨੂੰ ਜਾਣੂ ਕਰਵਾਊਗਾ ਸੋ ਬਹੁਤ ਜ਼ਰੂਰੀ ਚੀਜ਼ ਹੈ ਇਹਨੂੰ ਆਪਾਂ ਸਮਝੀਏ ਸਮਝਾਈਏ ਤੇ ਲਾਗੂ ਕਰੀਏ ਇਹਨਾਂ ਦਿਨਾਂ ਦੌਰਾਨ ਐਤ ਸੀਜ਼ਨ ਤੋਂ ਹੀ ਐਤ ਕੀ ਤੋਂ ਹੀ ਐਸ ਦਸੰਬਰ ਤੋਂ ਹੀ ਐਸ ਪੋ ਦੇ ਮਹੀਨੇ ਤੋਂ ਹੀ ਸ਼ਹਾਦਤਾਂ ਦੇ ਸਫ਼ਰ ਬਾਰੇ ਸ਼ਹਾਦਤਾਂ ਦੀ ਇਸ ਰੁੱਤ ਬਾਰੇ ਜਾਣਕਾਰੀ ਜ਼ਰੂਰ ਵੱਧ ਤੋਂ ਵੱਧ ਦਸੀਏ ਸ਼ੇਅਰ ਕਰਿਏ ਸਮਝਾਈਏ ਆਉਣ ਵਾਲੀ ਪੀੜ੍ਹੀ ਨੂੰ ਕੁਝ ਦਈਏ ਤੇ ਇਹਨਾਂ ਦਿਨਾਂ ਦੇ ਵਤੀਰੇ ਨੂੰ ਆਪਾਂ ਬਿਹਤਰ ਕਰੀਏ ਹਾਲੇ ਵੀ ਕੁਝ ਦਿਨ ਬਾਕੀ ਨੇ ਦਸੰਬਰ ਮਹੀਨੇ ਦੇ ਕੁਝ ਦਿਨ ਬਾਕੀ ਨੇ ਸ਼ਹਾਦਤਾਂ ਦੀ ਇਸ ਰੋਖਤ ਦੇ ਕੁਝ ਦਿਨ ਬਾਕੀ ਨੇ ਸੋ ਜ਼ਰੂਰ ਇਸ ਚੀਜ਼ ਨੂੰ ਆਪਾਂ ਜਿੰਨਾ ਵੱਧ ਤੋਂ ਵੱਧ ਲਾਗੂ ਕਰ ਸਕੀਏ ਐਸ ਵਰਤੋਂ ਹੁਣੇ ਲਾਗੂ ਕਰਨਾ ਸ਼ੁਰੂ ਕਰੀਏ ਇਹਨਾਂ ਦਿਨਾਂ ਦੀ ਅਹਿਮੀਅਤ ਤੇ ਸਾਡਾ ਇਹਨਾਂ ਦਿਨਾਂ ਦਰਾਂ ਨੂੰ ਵਤੀਰਾ ਕਿ ਹੋ ਜਿਹਾ ਹੋਣਾ ਚਾਹੀਦਾ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਲਿਖਿਓ ਹੇ ਰਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਕਿ ਇਹਨਾਂ ਦਿਨਾਂ ਦੀ ਅਹਿਮੀਅਤ ਮਹੱਤਤਾ ਮਹਾਨਤਾ ਅਤੇ ਸਾਡਾ ਵਤੀਰਾ ਕਿਹੋ ਜਿਹਾ ਹੋਣਾ ਚਾਹੀਦਾ